ਜੀੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਹੀ ਪ੍ਰੋਗਰਾਮ ਵਤਨ ਦੂਰ ਦੇ ਵਿੱਚ ਔਰ ਮੈਂ ਤੁਹਾਡਾ ਦੋਸਤ ਤੇ ਹੋਸਟ ਪਵਨ ਤਲਵਾਰ ਲੈ ਕੇ ਹਾਜ਼ਰ ਹੋ ਗਿਆ ਜੀ ਅੱਜ ਦੀ ਇਸ ਖਾਸ ਮਹਿਫਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਸਮਾ ਹੋ ਗਿਆ ਜੀ ਸਟੂਡੀਓ ਦੀਆਂ ਘੜੀਆਂ ਦੇ ਵਿੱਚ 11:05 ਤੇ ਸਾਡੀ ਜਿਹੜੀ ਮਹਿਫਲ ਦਾ ਸਮਾਂ ਰਹੇਗਾ ਠੀਕ 12:00 ਵਜੇ ਤੱਕ ਤੁਸੀਂ ਸਾਡੇ ਨਾਲ ਹਮੇਸ਼ਾ ਗੱਲਾਂ ਬਾਤਾਂ ਕਰਦੇ ਹੋ ਔਰ ਸਟੂਡੀਓ ਦਾ ਨੰਬਰ 9057990999 ਹਮੇਸ਼ਾ ਰਹਿੰਦਾ ਹੈਗਾ ਸੁਣਾਓ ਦੱਸੋ ਕੀ ਹਾਲ ਚਾਲ ਨੇ ਤੁਹਾਡੇ ਸੋ ਵੀਕਐਂਡ ਦੇ ਵਿੱਚ ਤੁਹਾਡੀ ਸ਼ੁਰੂਆਤ ਜਿਹੜੀ ਹੈ ਜੀ ਕੀ ਕਰ ਰਹੇ ਹੋ ਕੀ ਪਲੈਨਿੰਗ ਹੈਗੀਆਂ ਨੇ ਕਿਵੇਂ ਆ ਅੱਜ ਵੈਦਰ ਰਿਪੋਰਟ ਜਿਹੜੀ ਹੈਗੀ ਜੀ ਉਹ ਵੀ ਆਪਾਂ ਜ਼ਰੂਰ ਸਾਂਝੀ ਕਰਾਂਗੇ ਦੋ ਤਿੰਨ ਦਿਨ ਦੀ ਜਿਹੜੀ ਕਾਫੀ ਜ਼ਿਆਦਾ ਚਿਲਿੰਗ ਵੇਵਸ ਗਿਆ ਕਾਫੀ ਠੰਡੀ ਹਵਾਵਾਂ ਚੱਲ ਰਹੀ ਸੀ ਉਸ ਤੋਂ ਬਾਅਦ ਅੱਜ ਟੈਂਪਰੇਚਰ ਜਿਹੜਾ ਜਿਹਾ ਪਲੱਸ ਵੱਲ ਨੂੰ ਜਾ ਰਿਹਾ ਹੈਗਾ ਔਰ ਤੋਂ ਬਹੁਤ ਵਧੀਆ ਲੱਗੀ ਹੈਗੀਆ ਬਹੁਤ ਹੀ ਖੂਬਸੂਰਤ ਦਿਨ ਹੈਗਾ ਆ ਔਰ ਇਸ ਖੂਬਸੂਰਤ ਦਿਨ ਦੇ ਵਿੱਚ ਖੂਬਸੂਰਤ ਗੱਲਬਾਤਾਂ ਕਰਾਂਗੇ ਤੁਹਾਡੇ ਨਾਲ ਔਰ ਸਾਂਝ ਪਾਵਾਂਗੇ ਆਪਾਂ ਪੰਜਾਬ ਤੋਂ ਵੀ ਮਨਪ੍ਰਿਤ ਹੋਣੀ ਸਾਡੇ ਨਾਲ ਖਾਸ ਗੱਲਬਾਤ ਦੇ ਲਈ ਹਾਜ਼ਰ ਹੋਣਗੇ ਪੰਜਾਬ ਤੋਂ ਲਾਈਵ ਗੱਲਬਾਤਾਂ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਕੁਝ ਨਿਊਜ਼ ਜੜੀਆਂ ਹੈਗੀਆਂ ਜੀ ਇੱਥੇ ਦੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਤੁਸੀਂ ਸਾਡੇ ਨਾਲ ਇਦਾਂ ਜੁੜੇ ਰਹਿਣਾ ਔਰ ਗੱਲਬਾਤ ਦੇ ਲਈ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 905 7990900

ਕਜ਼ਰਟਿਵ ਪਾਰਟੀ ਦੇ ਲੀਡਰ ਆਪੋਜੀਸ਼ਨ ਜਿਹੜੇ ਹੈਗੇ ਜੀ ਪੀਰ ਪੋਲੀਵਰ ਸਾਹਿਬ ਉਹ ਪਹੁੰਚੇ ਹੋਏ ਸੀਗੇ ਅੱਜ ਬ੍ਰੈਮਟਨ ਦੇ ਵਿੱਚ ਜਿਹੜਾ ਹੈਗਾ ਜੀ ਡਿਕਸੀ ਐਂਡ ਸਟੀਲ ਦੇ ਇੰਟਰਸੈਕਸ਼ਨ ਦੇ ਉੱਤੇ ਇੱਕ ਵਪਾਰਕ ਅਦਾਰੇ ਦੇ ਵਿੱਚ ਉਹਨਾਂ ਦੀ ਅੱਜ ਸ਼ਿਰਕਤ ਹੋਈ ਔਰ ਕਾਫੀ ਜ਼ਿਆਦਾ ਬ੍ਰੈਮਟਨ ਦੇ ਜਿਹੜੇ ਬਿਜ਼ਨਸਮੈਨ ਸੀਗੇ ਉਹ ਉੱਥੇ ਪਹੁੰਚੇ ਹੋਏ ਸੀਗੇ ਔਰ ਉਸ ਗੈੱਟ ਟੁਗੇਦਰ ਦੇ ਵਿੱਚ ਉਹਨਾਂ ਨੇ ਗੱਲਬਾਤਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਜੀ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਹੈਗੀ ਆ ਉਹ ਗੰਭੀਰ ਬਣੀ ਹੈਗੀ ਆ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਕੈਨੇਡੀਅਨ ਹੈਗਾ ਆ ਉਹ ਆਪਣੇ ਟੈਕ ਪੀ ਕਰ ਰਿਹਾ ਹੈਗਾ ਤੇ ਉਹਨਾਂ ਦਾ ਮੰਨਣਾ ਹੈਗਾ ਆ ਕਿ ਐਕਸ ਦਾ ਟੈਕਸ ਜਿਹੜਾ ਉਹਨਾਂ ਦਾ ਸਲੋਗਨ ਹੈਗਾ ਆ ਉਹਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਕਿ ਕੈਨੇਡੀਅਨਸ ਨੂੰ ਹੋਰ ਜ਼ਿਆਦਾ ਟੈਕਸ ਜਿਹੜੇ ਹੈਗੇ ਆ ਉਹਨਾਂ ਨੂੰ ਉਹਦੇ ਵਿੱਚ ਨਹੀਂ ਫਸਾਉਣਾ ਚਾਹੀਦਾ ਤੇ ਟੈਕਸ ਨੂੰ ਘਟਾਉਣਾ ਚਾਹੀਦਾ ਹੈਗਾ ਆ ਐਕਸ ਦਾ ਟੈਕਸ ਉਹਨਾਂ ਦਾ ਬਹੁਤ ਵਧੀਆ ਸਲੋਗਨ ਜਿਹੜਾ ਉਹਨਾਂ ਨੇ ਦਿੱਤਾ ਨਾਲ ਦੀ ਨਾਲ ਗੱਲਬਾਤ ਕੀਤੀ ਉਹਨਾਂ ਨੇ ਜਿਹਦੇ ਵਿੱਚ ਆਪਾਂ ਨੂੰ ਪਤਾ ਕਿ ਸਪੈਸ਼ਲੀ ਅਪੀਲ ਰੀਜਨ ਜਿਹੜਾ ਹੈਗਾ ਆ ਇਹਦੇ ਵਿੱਚ ਐਵਰੇਜ 620 ਗੱਡੀਆਂ ਦੇ ਆਸ-ਪਾਸ ਕਹਿੰਦੇ ਆ ਜੀ ਕਿ ਹਰ ਮਹੀਨੇ ਚੋਰੀ ਹੁੰਦੀਆਂ ਨੇ ਤੇ ਐਵਰੇਜ ਤੋ 22 ਗੱਡੀਆਂ ਦੀ ਦਿਨ ਦੀ ਆਉਂਦੀ ਹੈਗੀ ਆ ਇਹਦੇ ਉੱਤੇ ਵੀ ਉਹਨਾਂ ਨੇ ਆਪਣਾ ਬਿਆਨ ਜਿਹੜਾ ਹੈਗਾ ਦਿੱਤਾ ਵੀ ਕਿਸ ਤਰੀਕੇ ਦੇ ਨਾਲ ਮੌਂਟਰੀਅਲ ਦੇ ਵਿੱਚ ਸੋਰਸਾਂ ਦੀ ਕਮੀ ਦਾ ਬਹਾਨਾ ਲਗਾ ਕੇ ਇਹ ਸਾਰਾ ਕੁਝ ਚੱਲ ਰਿਹਾ ਹੈਗਾ ਆ ਉਹ ਦੱਸਦੇ ਆ ਕਿ ਉੱਥੇ ਤਕਰੀਬਨ 5 ਤੋਂ 6 स्लॉट ਹੀ ਕਾਰਾਂ ਦੇ ਲਈ ਜਿਹੜੇ ਹੈਗੇ ਨੇ ਰਿਜ਼ਰਵ ਕੀਤੇ ਜਾਂਦੇ ਆ ਜਦੋਂ ਵੀ ਕਾਰਾਂ ਤੁਸੀਂ ਬਾਹਰ ਨੂੰ ਭੇਜੀਆਂ ਹੁੰਦੀਆਂ ਨੇ ਤੇ ਇਸ ਕਰਕੇ ਔਰ ਨਾਲ ਦੀ ਨਾਲ ਜਿਹੜਾ ਉੱਥੇ ਆਫੀਸਰ ਹੈਗੇ ਨੇ ਉਹਨਾਂ ਦੇ ਕੋਲ ਇੰਨੇ ਸੰਸਾਧਨ ਨਹੀਂ ਹੈਗੇ ਕਿ ਉਹ ਚੀਜ਼ਾਂ ਨੂੰ ਚੈੱਕ ਕਰ ਸਕਣ ਲੇਕਿਨ ਜਦੋਂ ਤੋਂ ਹੁਣ 2 ਸਾਲਾਂ ਤੋਂ ਇਸ ਸਿਸਟਮ ਚਾਰਾ ਚਲ ਰਿਹਾ ਆ ਤੇ ਇਹਦੇ ਵਿੱਚ ਸਰਕਾਰ ਨੂੰ ਵੀ ਪਤਾ ਏਜੰਸੀਆਂ ਨੂੰ ਵੀ ਪਤਾ ਸਿਕਿਉਰਿਟੀਆਂ ਨੂੰ ਵੀ ਪਤਾ ਹੈਗਾ ਵੀ ਇਹ ਇੱਕ ਰੈਕਟ ਚੱਲਦਾ ਪਿਆ ਆ ਤੇ ਇਹਨੂੰ ਰੋਕਣਾ ਜ਼ਰੂਰੀ ਆ ਤੇ ਅਗਰ ਤੁਹਾਨੂੰ ਪਤਾ ਹੈ ਕਿ ਇਹ ਚੀਜ਼ਾਂ ਚੱਲ ਰਹੀਆਂ ਨੇ ਤੇ ਤੁਸੀਂ ਉਹਦੇ ਲਈ ਕੁਝ ਨਾ ਕੁਝ ਸਪੈਸ਼ਲ ਕਰ ਸਕਦੇ ਹੋ ਔਰ ਉਹਨਾਂ ਨੇ ਦੱਸਿਆ ਕਿ ਇੱਥੇ ਕੈਨੇਡਾ ਦੇ ਵਿੱਚ ਕ੍ਰਿਮੀਨ ਕ੍ਰਿਮੀਨਲ ਦੀ ਜਿਹੜੀ ਸੰਖਿਆ ਆ ਉਹ ਜ਼ਿਆਦਾ ਨਹੀਂ ਹੈਗੀ ਉਹਨਾਂ ਨੇ ਇੱਕ BC ਦਾ ਹਵਾਲਾ ਦਿੰਦਾ ਹੋਇਆ ਦੱਸਿਆ ਕਿ ਤਕਰੀਬਨ 40 ਕਿ ਲੋਕ ਹੈਗੇ ਨੇ ਜਿਨ੍ਹਾਂ ਨੇ ਹਜ਼ਾਰਾਂ ਵਾਰ ਹੀ ਰੈਗੂਲਰਲੀ ਕਹੋ ਜਾਂ ਰਿਪੀਟਿਡਲੀ ਕਹੋ ਜਾਂ ਬਾਰ ਬਾਰ ਕਹਿ ਲੋ ਕਿ ਕੁਝ ਜਿਹੜੇ ਕ੍ਰਾਈਮ ਹੈਗੇ ਆ ਉਹ ਕੀਤੇ ਆ ਉਹ ਕਹਿੰਦੇ ਕਿ ਕੈਨੇਡਾ ਦੇ ਵਿੱਚ ਕ੍ਰਿਮੀਨਲ ਜ਼ਿਆਦਾ ਨਹੀਂ ਹੈਗੇ ਲੇਕਿਨ ਜਦੋਂ ਉਹਨਾਂ ਨੂੰ ਬਾਰ-ਬਾਰ ਬੇਲ ਹੋ ਜਾਂਦੀ ਹੈਗੀ ਆ ਤੇ ਉਹ ਬਾਰ-ਬਾਰ ਬਾਹਰ ਨਿਕਲ ਕੇ ਉਹਨਾਂ ਨੂੰ ਜਿਹੜੇ ਹੋਰ ਅਪਰਾਧ ਹੈਗੇ ਆ ਉਹਨਾਂ ਨੂੰ ਉਹ ਅੰਜਾਮ ਦਿੰਦੇ ਨੇ ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਜੇਲ ਨਾਟ ਬੇਲ ਇਹ ਉਹਨਾਂ ਦਾ ਕਹਿਣਾ ਦੱਸਿਆ ਜਾ ਰਿਹਾ ਕਿ ਭਈ ਜਿਹੜੇ ਬਾਰ-ਬਾਰ ਰਿਪੀਟਿਡ ਕਰਿਮੀਨਲ ਹੈਗੇ ਨੇ ਉਹਨਾਂ ਨੂੰ ਜੇਲ ਜਿਹੜੀ ਹੈ ਜੀ ਉਹ ਦਿਹੋਣੀ ਚਾਹੀਦੀ ਹੈ ਨਾ ਕਿ ਉਹਨਾਂ ਨੂੰ ਬੇਲ ਦੇ ਉੱਤੇ ਦੂਜੇ ਦਿਨ ਹੀ ਵਾਪਸ ਸ਼ਹਿਰ ਦੇ ਵਿੱਚ ਜਾਂ ਕਮਿਊਨਿਟੀ ਦੇ ਵਿੱਚ ਵਾਪਸ ਛੱਡ ਦਿੱਤਾ ਜਾਣਾ ਚਾਹੀਦਾ ਉਹ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਕ੍ਰਾਈਮ ਰੇਟ ਜਿਹੜਾ ਹੈਗਾ ਉਹਨੂੰ ਕੰਟਰੋਲ ਕਰ ਸਕਦੇ ਆ ਔਰ ਵੱਡਾ ਬਿਆਨ ਉਹਨਾਂ ਨੇ ਦਿੱਤਾ ਅਰਾਈਵ ਕੈਨੇਡਾ ਐਪ ਦੇ ਉੱਤੇ ਆਪਾਂ ਨੂੰ ਪਤਾ ਹੈਗਾ ਆ ਕਿ ਇਸ ਵੇਲੇ ਆਪੋਜੀਸ਼ਨ ਪਾਰਟੀ ਔਰ ਪਾਰਲੀਮੈਂਟ ਦੇ ਵਿੱਚ ਵੀ ਬਹੁਤ ਜ਼ਿਆਦਾ ਹਮਲੇ ਕਰ ਰਹੀ ਹੈ ਤਿੱਖੇ ਟ੍ਰੂਡੋ ਸਰਕਾਰ ਦੇ ਉੱਤੇ ਔਰ بار-बार ਉਹਨਾਂ ਨੂੰ ਇਸ ਗੱਲ ਦੇ ਲਈ ਪੁੱਛਿਆ ਜਾ ਰਿਹਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ 60000 ਦੀ ਚੀਜ਼ ਆ ਜਾਂ 60000 ਦੀ ਜਿਹੜੀ ਐਪ ਹੈਗੀ ਆ ਉਹ 60 ਮਿਲੀਅਨ ਡਾਲਰ ਕਿਦਾਂ ਤੁਸੀਂ ਜਿਹੜਾ ਹੈਗਾ ਆ ਡਾਇਵਰਟ ਕੀਤਾ ਕਿਦਾਂ ਦਿੱਤਾ ਔਰ ਇਹਦੇ ਵਿੱਚ ਅਗਰ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦਵਾਂ ਤੇ ਇੱਕ ਦੋ ਬੰਦਿਆਂ ਦੀ ਕੰਪਨੀ ਨੂੰ ਇਹ ਸਾਰਾ ਕੰਟਰੈਕਟ ਜਿਹੜਾ ਹੈਗਾ ਜੀ ਸਰਕਾਰ ਵੱਲੋਂ ਦਿੱਤਾ ਗਿਆ ਜੋ ਕਿ ਤਕਰੀਬਨ 60 ਮਿਲੀਅਨ ਦੇ ਆਸ-ਪਾਸ ਸੀਗਾ ਅਰਾਈਵ ਕੈਨੇਡਾ ਐਪ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਕੋਵਿਡ ਦੇ ਦਿਨਾਂ ਦੇ ਵਿੱਚ ਆ ਆਪਾਂ ਨੂੰ ਇਹ ਚੀਜ਼ਾਂ ਫਿਲ ਕਰਨੀਆਂ ਪੈਂਦੀਆਂ ਸੀਗੀਆਂ ਜਦੋਂ ਵੀ ਆਪਾਂ ਕੋਈ ਟਰੈਵਲ ਕਰਨਾ ਹੁੰਦਾ ਸੀਗਾ ਤੇ ਉਹ ਉਸ ਵੇਲੇ ਆਪਾਂ ਅਰਾਈਵ ਕੈਨੇਡਾ ਐਪ ਨੂੰ ਯੂਜ਼ ਕਰਦੇ ਸੀਗੇ ਲੇਕਿਨ ਇਹਦੇ ਵਿੱਚ ਇਹ ਆ ਰਿਹਾ ਹੈਗਾ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਤਾਂਦਲੀ ਹੋਈ ਆ ਔਰ ਤਕਰੀਬਨ 60 ਮਿਲੀਅਨ ਡਾਲਰ ਦੇ ਆਸ-ਪਾਸ ਜਿਹੜੀ ਰਕਮ ਹੈਗੀ ਆ ਉਹ ਸਵਾਲੀਆ ਚਿਹਰੇ ਦੇ ਵਿੱਚ ਹੈਗੀ ਆ ਔਰ بار-ਬਾਰ ਇਸ ਵਲ ਗੱਲਬਾਤ ਕੀਤੀ ਜਾ ਰਹੀ ਹੈਗੀ ਆ ਆਪੋਜੀਸ਼ਨ ਦੇ ਵੱਲੋਂ ਪੀਰ ਪਾਲੀਵਰ ਦੇ ਵੱਲੋਂ ਬਾਰ-ਬਾਰ ਇਹ ਮੁੱਦਾ ਜਿਹੜਾ ਹੈਗਾ ਜਿਉਂ ਪਾਰਲੀਮੈਂਟ ਦੇ ਵਿੱਚ ਚੱਕਿਆ ਜਾ ਰਿਹਾ ਕਿ ਇਸ ਦੇ ਮੁੱਦੇ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਆ ਔਰ ਖਾਸ ਕਰਕੇ ਜਿਹੜੇ ਜਿਹੜੇ ਇਹਦੇ ਡਾਇਰੈਕਟਰ ਹੈਗੇ ਨੇ ਕੰਪਨੀ ਦੇ ਡਾਇਰੈਕਟਰਸ ਹੈਗੇ ਨੇ ਸ਼ੇਅਰਹੋਲਡਰ ਹੈਗੇ ਨੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਟੈਸਟੀਮੋਨੀ ਦੇ ਲਈ ਲੈ ਕੇ ਆਉਣਾ ਚਾਹੀਦਾ ਲੇਕਿਨ ਲਿਬਰਲ ਸਰਕਾਰ ਐਸ ਵੱਲੇ ਇਸ ਮੁੱਦੇ ਤੇ ਉੱਤੇ ਗੰਭੀਰ ਨਹੀਂ ਜਾਬਦੀ ਔਰ ਉਹ ਉਸ ਨੂੰ ਅਜੇ ਤੱਕ ਐਸ ਲੈਵਲ ਤੱਕ ਨਹੀਂ ਆ ਰਿਹਾ ਕਿ ਉਹਨਾਂ ਨੂੰ ਟੈਸਟੀਮੋਨੀ ਦੇ ਲਈ ਪਾਰਲੀਮੈਂਟ ਦੇ ਵਿੱਚ ਜਿਹੜਾ ਹੈਗਾ ਜੀ ਉਹ ਆ ਸਕਣ ਸੋ ਇਹ ਸਾਰੀਆਂ ਗੱਲਾਂ ਬਾਤਾਂ ਐਸ ਵੱਲੇ ਗੱਲਬਾਤ ਦੇ ਲਈ ਕੀਤੀਆਂ ਔਰ ਪੀਅਰ ਪਾਲੀਵਰ ਉਹਨਾਂ ਨੇ ਡਿਟੇਲ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤਾਂ ਉਹਨਾਂ ਨੇ ਕਿਹਾ ਕਿ ਜੇ ਸਾਡੀ ਸਰਕਾਰ ਆਉਂਦੀ ਹੈਗੀ ਆ ਤੇ ਅਸੀਂ ਜਿਹੜਾ ਕਾਰਬਨ ਟੈਕਸ ਹੈਗਾ ਜਾਂ ਹੋਰ ਜਿਹੜੇ ਟੈਕਸ ਹੈਗੇ ਨੇ ਜਿਨ੍ਹਾਂ ਨੂੰ ਕੈਨੇਡੀਅਨ ਪੇ ਕਰਦੇ ਆ ਕਿਉਂਕਿ ਜੇ ਆਪਾਂ ਆਪਣੀ ਗੱਲਬਾਤ ਕਰੀਏ ਤਾਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਆਪਣੇ ਜਿਹੜੀਆਂ ਘਰ ਦੀਆਂ ਬਿੱਲ ਬਤੀਆਂ ਹੈਗੀਆਂ ਨੇ bizness ਹੈਗਾ ਆ ਜਾਂ ਫਿਰ ਤੁਸੀਂ ਗੈਸ ਜਿਹੜਾ ਹੈਗਾ ਆ ਆਪਾਂ ਪਾਉਂਦੇ ਆ ਆਪਣੀਆਂ ਗੱਡੀਆਂ ਦੇ ਵਿੱਚ ਤੇ ਐਵਰੇਜ ਜੇ ਮੈਂ ਗੈਸ ਦੀ ਗੱਲਬਾਤ ਕਰਾਂ ਪੈਟਰੋਲ ਜਿਹਨੂੰ ਆਪਾਂ ਕਹਿ ਦਿੰਨੇ ਆ ਗੱਡੀਆਂ ਦੇ ਵਿੱਚ ਜਦੋਂ ਪੈਂਦਾ ਤੇ ਤਕਰੀਬਨ ਤੁਸੀਂ 20 ਤੋਂ 25 ਸੈਂਟ ਪਰ ਲੀਟਰ ਜਿਹੜਾ ਹੈਗਾ ਜੀ ਉਹ ਕਾਰਬਨ ਟੈਕਸ ਪੇ ਕਰ ਰਹੇ ਆ ਆਪਾਂ ਸਾਰੇ ਜਣੇ ਤੇ ਤੁਸੀਂ ਦੇਖੋ ਵੀ ਉਹ 60 ਮਿਲੀਅਨ ਡਾਲਰ ਜਿਹੜਾ ਹੈਗਾ ਆ ਉਹ ਵੀ ਟ ਦੀ ਮਨੀ ਆ ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਯੂਜ਼ ਕੀਤਾ ਗਿਆ ਤੇ ਇਸ ਕਰਕੇ ਜ਼ਰੂਰਤ ਹੈਗੀ ਆ ਕਿ ਸਰਕਾਰ ਨੂੰ ਅੱਗੇ ਆਉਣ ਦੀ ਲਿਬਰਲ ਸਰਕਾਰ ਨੂੰ ਅੱਗੇ ਆ ਕੇ ਆਪਣਾ ਪੱਖ ਰੱਖੇ ਔਰ ਜੇ ਕਿਸੇ ਕੰਪਨੀ ਨੇ ਉਹਦੇ ਵਿੱਚ ਬੇਨਿਮੀਆ ਕੀਤੀਆਂ ਹੈਗੀਆਂ ਨੇ ਤੇ ਉਹਨਾਂ ਨੂੰ ਜਿਹੜੀ ਬਣਦੀ ਕਾਰਵਾਈ ਹੈਗੀ ਆ ਉਹਨਾਂ ਦੇ ਵਿਰੁੱਧ ਕਰਨੀ ਚਾਹੀਦੀ ਹੈਗੀ ਆ ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਦਾਂ ਹੀ ਤੁਸੀਂ ਗੱਲਬਾਤਾਂ ਕਰ ਸਕਦੇ ਹੋ 9057990999 9057990999 ਤੇ ਸਾਡੀ ਤੁਹਾਡੀ ਗੱਲਬਾਤ ਹੋ ਸਕਦੀ ਹੈਗੀ ਆ ਔਰ ਟੈਕਸ ਦਾ ਮੁੱਦਾ ਕਾਫੀ ਜ਼ਿਆਦਾ ਗੰਭੀਰ ਇਸ ਵੇਲੇ ਬਣਿਆ ਹੋਇਆ ਜਿੱਥੇ ਜਿੱਥੇ ਕਿ ਕੈਨੇਡੀਅਨਸ ਦੇ ਕੋਲ ਇਸ ਵੇਲੇ ਆਪਣਾ ਕਾਰ ਚਲਾਉਣ ਦੇ ਲਈ ਬਹੁਤ ਕਹਿ ਸਕਕਦੇ ਵੀ ਜਦੋ ਜਹਿਦ ਕਰਨੀ ਪੈ ਰਹੀ ਆ ਤੇ ਉੱਥੇ ਐਕਸਟਰਾ ਟੈਕਸ ਜਿਹੜੇ ਹੈਗੇ ਨੇ ਜੀ ਉਹ ਵੀ ਉਹਨਾਂ ਦੇ ਜੀ ਦਾ ਜੰਜਾਲ ਜਿਹੜਾ ਹੈਗਾ ਜੀ ਉਹ ਬਣੇ ਹੋਏ ਨੇ ਸੋ ਪ੍ਰੋਗਰਾਮ ਨੂੰ ਆਪਾਂ ਜਿੱਥੇ ਅੱਗੇ ਤੋਰਦੇ ਹੈਗੇ ਆ ਨਾਲ ਦੇ ਨਾਲ ਕੁਝ ਮੈਂ ਸਪான்ਸਰਰ ਦੀ ਵੀ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਜੀ ਉਹ ਤੁਹਾਡੇ ਨਾਲ ਪੜ੍ਹ ਦਿੰਨਾ ਔਰ ਤੁਸੀਂ ਸਾਡੇ ਨਾਲ ਇਦਾਂ ਹੀ ਜਿਹੜਾ ਸਹਿਯੋਗ ਦੇਣਾ ਹੈਗਾ ਪੰਡਿਤ ਨੰਦਾ ਜੀ ਅਗਰ ਤੁਸੀਂ ਆਪਣਾ ਟੇਵਾ ਦਿਖਾਉਣਾ ਹੈ ਜਾਂ ਫਿਰ ਘਰ ਦਾ ਵਾਸਤੂ ਚੈੱਕ ਕਰਵਾਉਣਾ ਹੈਗਾ ਤੇ ਪੰ ਦਿੰਦੇ ਨੇ ਆਰ ਤੁਸੀਂ ਬੈਠ ਕੇ ਅਗਰ ਤੁਸੀਂ ਜਨਮ ਕੁੰਡਲੀ ਜਿਹੜੀ ਹੈਗੀ ਆ ਜੀ ਉਹ ਬਣਵਾਉਣੀ ਹੈਗੀ ਆ ਵਿਆਹ ਸ਼ਾਦੀ ਦੇ ਬਾਰੇ ਕੋਈ ਗੱਲਬਾਤ ਕਰਨੀ ਆ ਤੇ ਪੰਡਿਤ ਨੰਦਾ ਜੀ 6478229607 6478229607 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਟੈਲੀ ਟਾਈਮ ਇਲੈਕਟ੍ਰੋਨਿਕਸ ਔਰ ਬਹੁਤ ਲੋਕੇਸ਼ਨ ਦੇ ਉਤੋਂ ਈਟੋਬੀ ਕੋ ਬ੍ਰੈਂਟਨ ਮਿਸਿਸਾਗਾ ਦੀ ਗੱਲਬਾਤ ਹੋਵੇ ਤੇ ਤੁਸੀਂ ਟੈਲੀ ਟਾਈਮ ਇਲੈਕਟ੍ਰੋਨਿਕਸ ਨੂੰ ਵਿਜ਼ਿਟ ਕਰਨਾ ਹੈਗਾ ਆ 9052735050 ਇਹਨਾਂ ਦੇ ਕੋਲ ਵੀ ਬਹੁਤ ਵਧੀਆ ਡੀਲਸ ਜਿਹੜੀਆਂ ਜੀ ਉਹ ਲੱਗੀਆਂ ਹੁੰਦੀਆਂ ਨੇ ਤੁਸੀਂ ਜ਼ਿਆਦਾ ਜਾਣਕਾਰੀ ਦੇ ਲਈ ਟੈਲੀ ਟਾਈਮ ਇਲੈਕਟ੍ਰੋਨਿਕਸ 9052735050 ਦੇ ਉੱਤੇ ਗੱਲਬਾਤ ਕਰ ਸਕਦੇ ਹੋ ਜ਼ੂਮ ਰੈਂਟੇ ਕਾਰ 416 400, 318 4416 400, 318 ਜੂਮ ਰੈਂਟੇ ਕਾਰ ਇਹਨਾਂ ਦੇ ਕੋਲ ਬਹੁਤ ਵਧੀਆ ਡੀਲਸ ਲੱਗੀਆਂ ਹੋਈਆਂ ਜੀ ਕਾਰਾਂ ਤੁਸੀਂ ਰੈਂਟ ਤੇ ਲੈਣੀ ਹੈਗੀਆਂ ਨੇ ਤੇ 200 ਡਾਲਰ ਵੀਕਲੀ ਆਰ ਐਸਯੂਵੀ ਲੈਣੀ ਹੈਗੀ ਆ 250 ਡਾਲਰ ਵੀਕਲੀ ਵੈਨ ਲੈਣੀ ਹੈਗੀ ਹੈ ਜਾਂ ਪਿਕਅਪ ਟਰੱਕ ਲੈਣਾ ਹੈਗਾ 350 ਡਾਲਰ ਪਰ ਵੀਕ ਦੇ ਉੱਤੇ ਤੁਹਾਨੂੰ ਮਿਲ ਸਕਦਾ ਹੈਗਾ ਜ਼ੂਮ ਰੈਂਟ ਕਾਰ ਤੇ ਪੀਜ਼ਾ ਡਿਪੋ ਦੀ ਆਪਾਂ ਗੱਲਬਾਤ ਕੀਤੀ ਹੈਗੀ ਹੈ ਜੀ ਪੀਜ਼ਾ ਡਿਪੋ ਦੇ ਉੱਤੇ 999 ਦੇ ਉੱਤੇ ਫਿਸ਼ ਐਂਡ ਚਿਪਸ ਜਿਹੜੀਆਂ ਹੈਗੀਆਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਇਹਨਾਂ ਦਾ ਆਨੰਦ ਜਿਹੜਾ ਹੈਗਾ ਉਹ ਉਠਾ ਸਕਦੇ ਹੋ ਕ੍ਰਾਸ ਮਰਜ ਏਜੰਸੀ ਅਗਰ ਤੁਸੀਂ ਕਮਦੀਪਾਲ ਦੇ ਵਿੱਚ ਹੈਗੇ ਹੋ ਤੇ ਕ੍ਰਾਸ ਮਰਜ ਏਜੰਸੀ ਨੂੰ ਤੁਸੀਂ ਵਿਜ਼ਿਟ ਕਰਨਾ ਹੈਗਾ 905 226 7373 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ